ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ ਦੀ ਵੰਡ 1947 ਤੋਂ ਬਾਅਦ 2019 ਦੀ ਅਕਤੂਬਰ 24 ਨੂੰ ਇੱਕ ਚੰਗਾ ਫੈਸਲਾ ਹੋਇਆ ਜਿਹੜੇ ਫੈਸਲੇ ਨੇ ਸਿੱਖਾਂ ਦੇ ਲਈ ਇੱਕ ਚੰਗੀ ਰਾਹਤ ਲਿਆਂਦੀ ਭਾਰਤ ਦੀ ਸਰਕਾਰ ਤੇ ਪਾਕਿਸਤਾਨ ਦੀ ਸਰਕਾਰ ਵੱਲੋਂ ਇੱਕ ਆਪਸੀ ਸਮਝੌਤਾ ਹੋਇਆ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਨਾਲ ਸੰਬੰਧਿਤ ਜਿਹੜਾ ਕਿ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਦੇ ਲਈ ਇੱਕ ਲਾਂਗਾ ਬਣਾਇਆ ਗਿਆ ਤੇ ਇਹ ਲਾਂਗਾ ਸਿੱਖਾਂ ਦੀਆਂ ਅਰਦਾਸਾਂ ਤੇ ਭਾਵਨਾਵਾਂ ਦੇ ਕਰਕੇ ਇਸ sire ਚੜਿਆ ਅੱਜ ਵੀ ਖਬਰ ਮਿਲੀ ਆ ਕਰੀਬ 5 ਸਾਲ ਬਾਅਦ ਦੋਵੇਂ ਹੀ ਸਰਕਾਰਾਂ ਨੇ ਭਾਰਤ ਦੀਆਂ ਤੇ ਹਿੰਦੁਸਤਾਨ ਦੀਆਂ ਸਰਕਾਰਾਂ ਨੇ ਇਸ ਲਾਂਗੇ ਨੂੰ 5 ਸਾਲ ਲਈ ਹੋਰ ਅੱਗੇ ਪਾ ਦਿੱਤਾ ਚੰਗੀ ਖਬਰ ਆ ਅਸੀਂ ਇਸ ਗੱਲ ਦੀ ਛਲਾਗਾ ਕਰਦੇ ਆ ਤੇ ਇਹਦੇ ਨਾਲ ਦੀ ਨਾਲ ਜਿਹੜੀ ਗੱਲ ਅਸੀਂ ਪਹਿਲਾਂ ਵੀ ਕਹਿ ਰਹੇ ਸੀ ਕਿ ਬਹੁਤ ਸਾਰੇ ਜਿਹੜੇ ਲੋਕ ਆ ਜਾਂ ਸਿੱਖ ਆ ਉਹ ਦਰਸ਼ਨਾਂ ਤੋਂ ਅੱਜ ਵੀ ਵਾਂਝੇ ਨੇ ਕਿ ਹਿੰਦੁਸਤਾਨ ਦੀ ਸਰਕਾਰ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਉਹ ਪਾਸਪੋਰਟ ਦੀ ਸ਼ਰਤ ਨੂੰ ਹਟਾ ਦੇਵੇ ਤੇ ਪਾਕਿਸਤਾਨ ਨੂੰ ਅਸੀਂ ਅਪੀਲ ਕੀਤੀ ਸੀ ਕਿ 20 ਡਾਲਰ ਅਮਰੀਕਨ ਡਾਲਰ ਦੀ ਸ਼ਰਤ ਨੂੰ ਹਟਾ ਦਿੱਤਾ ਜਾਵੇ ਕਿਉਂਕਿ ਗੁਰੂ ਦੇ ਦਰਸ਼ਨਾਂ ਲਈ ਹੈ ਸਾਰਾ ਕੁਝ ਸਿੱਖਾਂ ਵੱਲੋਂ ਵੱਡੇ ਪੱਧਰ ਤੇ ਇਸ ਲਾਂਘੇ ਲਈ ਫੰਡਿੰਗ ਵੀ ਕੀਤੀ ਗਈ ਆ ਤੇ ਕਰਦੇ ਵੀ ਆ ਪਰ ਯਾਤਰੂ ਤੇ ਬੋਝ ਜਿਹੜਾ ਉਹ ਘਟਾਇਆ ਜਾਵੇ ਇਹਨਾਂ ਦੋਨਾਂ ਗੱਲਾਂ ਦਾ ਵੀ ਜ਼ਰੂਰ ਦੋਨੇ ਸਰਕਾਰਾਂ ਜਿਹੜੀਆਂ ਖਿਆਲ ਕਰਨ ਅਸੀਂ ਇਹ ਸਮਝਦੇ ਆ ਕਿ ਇਹ ਜਿਹੜਾ ਲੰਘਾ ਮਟਣ ਦੇ ਨਾਲ ਦੋਵੇਂ ਦੇਸ਼ਾਂ ਦੇ ਅੰਦਰ ਇੱਕ ਸ਼ਾਂਤੀ ਹੋਈ ਆ ਜੇਕਰ ਤੇ ਇਹ ਸਰਦਾਂ ਮਿਟ ਜਾਣ ਤਾਂ ਦੇਨ ਦੋਨੇ ਦੇਸ਼ ਵੱਡੀ ਤੌਰ ਤੇ ਤਰੱਕੀ ਕਰਨ ਸਾਨੂੰ ਯਾਦ ਆ ਪਿਛਲੇ ਦਿਨਾਂ ਦੇ ਵਿੱਚ ਸਾਡੇ ਦੇਸ਼ ਦੇ ਜਿਹੜੇ ਕੈਬਨਰ ਮੰਤਰੀ ਮਿਸਟਰ ਗੋਇਲ ਅਮਰੀਕਾ ਦੇ ਵਿੱਚ ਪਾਕਿਸਤਾਨ ਨਾਲ ਸਬੰਧਾਂ ਦੇ ਸੁਧਾਰਨ ਦੀ ਗੱਲ ਕਰਦੇ ਦਿਖਾਈ ਦਿੱਤੇ ਉਸ ਤੋਂ ਬਾਅਦ ਪਿਛਲੇ ਦਿਨਾਂ ਚ ਜੈ ਸ਼ੰਕਰ ਜਿਹੜੇ ਕਿ ਵਿਦੇਸ਼ ਮੰਤਰੀ ਆ ਉਹ ਪਾਕਿਸਤਾਨ ਵਿੱਚ ਵੀ ਗਏ ਨੇ ਅਸੀਂ ਇਹ ਚਾਹੁੰਦੇ ਆ ਕਿ ਦੋਨੇ ਜਿਹੜੇ ਦੇਸ਼ ਆ ਇਹਨਾਂ ਦਾ ਆਪਸੀ ਸਮਝੌਤਾ ਬਣੇ ਆਪਸੀ ਸ਼ਾਂਤੀ ਬਹਾਲੀ ਬਣੇ ਤੇ ਖਾਸ ਤੌਰ ਦੇ ਉੱਤੇ ਵਾਗਾ ਬਾਰਡਰ ਤੋਂ ਵਪਾਰ ਜਿਹੜਾ ਆਰੰਭ ਕੀਤਾ ਜਾਵੇ ਜਿਹੜਾ ਕੀ ਵਪਾਰ ਇਸ ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਦੇ ਲਈ ਬਹੁਤ ਵੱਡਾ ਆਰਥਿਕ ਮਨਾਫਾ ਦੇਗਾ ਇਸ ਦੇਸ਼ ਲਈ ਫਾਇਦਾ ਦੇਗਾ ਦੇਸ਼ ਦੇ ਕਿਸਾਨ ਜਿਹੜੇ ਕੀ ਵਿਚਾਰੇ ਚਾ ਕਦੇ ਮੰਡੀਆਂ ਚ ਰੁਲਦੇ ਆ ਕਦੇ ਸੜਕਾਂ ਤੇ ਰੁਲਦੇ ਆ ਕਦੇ ਦਿੱਲੀ ਦੇ ਬਾਰਡਰਾਂ ਤੇ ਕਦੇ ਪੰਜਾਬ ਦੇ ਬਾਰਡਰਾਂ ਤੇ ਬੈਠੇ ਨੇ ਉਹਨਾਂ ਦੀ ਖੁਸ਼ਹਾਲੀ ਦਾ ਇੱਕ ਸੁਨੇਹਾ ਦੇਗਾ ਜੇ ਦੇਸ਼ ਹਿੰਦੁਸਤਾਨ ਪਾਕਿਸਤਾਨ ਨਾਲ ਇਹ ਸਬੰਧ ਸੁਧਾਰੇ ਅਸੀਂ ਗੁਰੂ ਅਗੇ ਅਰਦਾਸ ਕਰਦੇ ਆਂ ਗੁਰੂ ਕਿਰਪਾ ਕਰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਿ ਇਹਨਾਂ ਦੋਨਾਂ ਦੇਸ਼ਾਂ ਦੇ ਵਿੱਚ ਸਬੰਧ ਸੁਧਰਨ ਤਾਂ ਕਿ ਜਿੱਥੇ ਸਿੱਖਾਂ ਦੇ ਮਨਾਂ ਨਾਲ ਸਿੱਖਾਂ ਦੀ ਭਾਵਨਾ ਨਾਲ ਜੁੜੇ ਗੁਰਦੁਆਰਾਂ ਜਿਹੜੇ ਆ ਉਹਨਾਂ ਦੇ ਖੁੱਲੇ ਦਰਸ਼ਨ ਦਿਦਾਰੇ ਹੋਣ ਉਥੇ ਹੀ ਇਹ ਇਹ ਪੰਜਾਬ ਦੀ ਧਰਤੀ ਜਿਹੜੀ ਆ ਇਹ ਖੁਸ਼ਹਾਲ ਆਰਥਿਕ ਤੌਰ ਤੇ ਮਜ਼ਬੂਤ ਹੋਵੇ ਇਹ ਲਾਂਘਾ ਵਪਾਰ ਬਣੇ ਪੰਜਾਬ ਨੂੰ ਇਸ ਗੱਲ ਲਈ ਵੱਡਾ ਫਾਇਦਾ ਹੋਵੇ ਤੇ ਦੇਸ਼ਾਂ ਦੇ ਅੰਦਰ ਆਪਸੀ ਸ਼ਾਂਤੀ ਬਹਾਲੀ ਹੋਵੇ ਅਸੀਂ ਇਸ 5 ਸਾਲ ਬਾਅਦ ਮੋੜ 5 ਸਾਲ ਲਈ ਜਿਹੜਾ ਵਾਅਦਾ ਕੀਤਾ ਗਿਆ ਉਸ ਗੱਲ ਦੀ ਅਸੀਂ ਦੋਨੇ ਦੇਸ਼ਾਂ ਦੀਆਂ ਸਰਕਾਰਾਂ ਨੂੰ ਡਾਟਵੀ ਸਿਲਾਗਾ ਕਰਦੇ ਆ